ਨਮਸਕਾਰ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਿਰਮਾ ਸ਼ੰਕਰ ਪਹਿਲਾ ਪੇਸ਼ ਨੇ ਚੌਥੀ ਖਬਰਾਂ ਭਾਰਤ ਨੇ ਅਗਲੇ 1 ਵਰੇ ਦੀ ਮਿਆਦ ਲਈ ਰਸਮੀ ਤੌਰ ਤੇ ਸੰਭਾਲੀ G20 ਦੀ ਪ੍ਰਧਾਨਗੀ ਕੇਂਦਰੀ ਮੰਤਰੀ ਜੀ ਕਿਸ਼ਨ ਰਾਡੀ ਨੇ ਉੱਤਰ ਪੂਰਬੀ ਖੇਤਰ ਵਿੱਚ G20 ਮੀਟਿੰਗਾਂ ਸੰਬੰਧੀ ਕੀਤੀ ਜਾਇਜ਼ਾ ਮੀਟਿੰਗ ਨਿਰਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਕਿ ਭਾਰਤ ਕਿਸੇ ਵੀ ਦੇਸ਼ ਨਾਲ ਫੌਜੀ ਮਸ਼ਕਾ ਕਰਨ ਲਈ ਆਜ਼ਾਦ ਡੀਐਸਟੀ ਮਾਲੀਆ ਦੀ ਨਵੰਬਰ ਮਹੀਨੇ ਦੌਰਾਨ ਹੋਈ ਉਗराई ਵਿੱਚ 11% ਵਾਧਾ ਦਰਜਿਲ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਮਗਰੋਂ ਦੋ ਗੈਂਗਸਟਰਾਂ ਨੂੰ ਕੀਤਾ ਕਾਬੂ ਤੇ ਹੁਣ ਖਬਰਾਂ ਵਿਸਾ ਨਾਲ ਭਾਰਤ ਨੇ ਕਾਲ ਰਸਮੀ ਤੌਰ ਤੇ G20 ਸਮੂਹ ਦੀ ਪ੍ਰਧਾਨਗੀ ਸੰਭਾਲ ਲਈ ਹੈ G20 ਦੀ ਪ੍ਰਧਾਨਗੀ ਭਾਰਤ ਲਈ ਇੱਕ ਬਹੁਤ ਵੱਡਾ ਮੌਕਾ ਹੈ ਜਿਸ ਨਾਲ ਦੇਸ਼ ਨੂੰ ਆਲਮੀ ਮੰਚ ਤੇ ਮਾਨ ਸਨਮਾਨ ਮਿਲੇਗਾ ਪਿਛਲੇ ਮਹੀਨੇ ਬਾਲੀ ਵਿੱਚ G20 ਸਿਖਰ ਸੰਮੇਲਨ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਤੇ ਪ੍ਰਧਾਨਗੀ ਸੌਪੀ ਸੀ ਭਾਰਤ ਅਗਲੇ 1 ਸਾਲ ਤੱਕ G20 ਦੀ ਅਗਵਾਈ ਕਰੇਗਾ ਇਸ ਲਈ ਦੁਨੀਆ ਭਰ ਤੋਂ ਭਾਰਤ ਨੂੰ ਸ਼ੁਪਾਵਨਾਵਾ ਦੇ ਸੁਨੇਹੇ ਮਿਲ ਰਹੇ ਨੇ ਇਸ ਸਮਾਂ ਦੇ ਵਿੱਚ 32 ਵੱਖ-ਵੱਖ ਸੈਕਟਰਾਂ ਨਾਲ ਜੁੜੇ ਵਿਸ਼ਿਆਂ ਤੇ ਦੇਸ਼ ਦੇ ਪੰਜਾਬ ਵੱਡੇ ਸ਼ਹਿਰਾਂ ਵਿੱਚ 200 ਬੈਠਕਾਂ ਕੀਤੀਆਂ ਜਾਣਗੀਆਂ ਜਿਨ੍ਹਾਂ ਵਿੱਚ ਭਾਰਤ ਦੀਆਂ 75 ਵਰਿਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਦੁਨੀਆ ਨੂੰ ਭਾਰਤ ਦੀ ਅਨੇਕਤਾ ਵਿੱਚ ਏਕਤਾ ਦੀ ਝਾਕੀ ਵੀ ਦਿਖਾਈ ਜਾਵੇਗੀ। ਇਸ ਦੌਰਾਨ ਜੀ-20 ਸਮੂਹ ਦੀ ਪ੍ਰਧਾਨਗੀ ਸੰਮਾਲਣ ਮੌਕੇ ਦੇਸ਼ ਭਰ ਵਿੱਚ ਜੀ-20 ਦੇ ਪ੍ਰਤੀਕ ਚਿੰਨ੍ਹ ਦੇ ਨਾਲ-ਨਾਲ 100 ਸੁਮਾਰਕਾਂ ਨੂੰ ਵੀ ਰੌਸ਼ਨਾਇਆ ਜਾ ਰਿਹਾ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰੂ ਨੇ ਭਾਰਤ ਵੱਲੋਂ ਜੀ20 ਦੀ ਪ੍ਰਧਾਨਗੀ ਹਾਸਲ ਕਰਨ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਰਾਸ਼ਟਰਪਤੀ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਨੇ ਕੱਲ ਜੀ20 ਦੀ ਪ੍ਰਧਾਨਗੀ ਹਾਸਲ ਕੀਤੀ ਹੈ ਇਸ ਮੌਕੇ ਤੇ ਮੈਂ ਵਸੂਦੇਵ ਫੁਟੰਮਕਮ ਥੀਮ ਤਹਿਤ ਇੱਕ ਸਫਲ ਪ੍ਰਧਾਨਗੀ ਲਈ ਦੇਸ਼ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੀ ਹਾਂ ਅਤੀਤੀ ਦੇ ਅਭਾਵਾਂ ਦੀ ਸਨਮਾਨਿਤ ਰਵਾਇਤ ਵਿੱਚ ਮੈਂ ਭਾਰਤ ਵਿੱਚ ਸਾਰੇ ਨੁਮਾਇੰਦਿਆਂ ਦਾ ਸਵਾਗਤ ਕਰਦੀ ਹਾਂ ਇਸ ਦੌਰਾਨ ਨਵੀਂ ਦਿੱਲੀ ਵਿੱਚ ਕਰਵਾਏ ਗਏ ਯੂਨੀਵਰਸਿਟੀ ਕਨੈਕਟ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰੀ ਡਾਕਟਰ ਐਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਜੀ20 ਪ੍ਰਧਾਨਗੀ ਅੰਤਰਰਾਸ਼ਟਰੀ ਮਾਮਲਿਆਂ ਵਿੱਚ ਬਹੁਤ ਹੀ ਨਾਜ਼ੁਕ ਦੌਰ ਵਿੱਚ ਪ੍ਰਾਪਤ ਹੋਈਏ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਤੌਰ ਤੇ ਮਹੱਤਵਪੂਰਨ ਹੈ ਕਿ ਵਿਸ਼ਵ ਨੇਤਾ ਸਹੀ ਮੁੱਦਿਆਂ ਤੇ ਧਿਆਨ ਕੇਂਦ੍ਰਿਤ ਕਰਨ, ਖਾਸ ਤੌਰ ਤੇ ਉਹ ਜੋ ਵਿਸ਼ਵ ਦੇ ਵਧੇਰੇ ਕਮਜ਼ੋਰ ਵਰਗਾਂ ਨੂੰ ਪ੍ਰਭਾਵਿਤ ਕਰਦੇ ਨੇ। ਪ੍ਰੈਸੀਡੈਂਸੀ ਆਫਸ ਐਨ ਓਪਰਚੁਨਿਟੀ ਟੂ ਸ਼ੇਅਰ ਆਰ ਸਟੋਰੀ With others. And it is also a time when we must become the voice of the global south that is otherwise underrepresented in such forums. ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਖਤਰ ਡਾਕਟਰ ਪੀਕੇ ਮਿਸ਼ਨ ਨੇ ਕਿਹਾ ਕਿ ਜੀ20 ਦੇ ਮੰਚ ਤੋਂ ਭਾਰਤ ਦੀਆਂ ਅਨੇਕਤਾ ਵਿੱਚ ਇਕਤਾ ਨੂੰ ਦੁਨੀਆ ਜਾਣ ਸਕੇਗੀ। ਉਹਨਾਂ ਨੇ ਕਿਹਾ ਕਿ ਇਸ ਦੌਰਾਨ ਭਾਰਤ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਮਿਸ਼ਨ ਨੇ ਕਿਹਾ ਕਿ ਸੂਬਿਆਂ ਨੂੰ ਜੀ20 ਬੈਠਕਾਂ ਰਾਹੀਂ ਆਪਣੀ ਸੰਸਕ੍ਰਿਤੀ ਪੇਸ਼ ਕਰਨ ਦਾ ਮੌਕਾ ਮਿਲ ਸਕੇਗਾ। ਉਹਨਾਂ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਦਾ ਜ਼ਿਕਰ ਵੀ ਕੀਤਾ। ਸੁਭੀਜਨ ਇਸ ਦਾ The G20 should not be limited to certain meetings, but it should be based on the participation, enthusiasm, and activities of all citizens, and particularly the youth and the intellectuals. It is also our responsibility to showcase in the most rightful ways, befitting her stature and glory, India has as much uniqueness. as it has diversity ਇਸ ਮੌਕੇ ਤੇ G20 ਦੇ ਭਾਰਤ ਦੇ ਕੋਆਰਡੀਨੇਟਰ ਹਰਸ਼ਵਰਧਨ ਸ਼ਿੰਗਲਾ ਨੇ ਕਿਹਾ ਕਿ G20 ਦੀ ਪ੍ਰਧਾਨਗੀ ਭਾਰਤੀਆਂ ਕੋਲ ਇੱਕ ਵਿਲੱਖਣ ਮੌਕਾ ਹੈ ਅਤੇ ਉਹਨਾਂ ਕੋਲ ਆਪਣੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਵਿਭਿੰਨਤਾ, ਸੈਰ ਸਪਾਟਾ, ਭਾਵਨਾਵਾਂ ਅਤੇ ਵਿਕਾਸ ਦੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦੀ ਡੂੰਗੀ ਜ਼ਿੰਮੇਵਾਰੀ ਹੈ। ਜੀ 20 ਦੀ ਪ੍ਰਧਾਨਗੀ ਤੇ ਕੱਲ ਦੇਸ਼ ਦੇ ਵੱਖ-ਵੱਖ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੁਮਾਇੰਦਿਆਂ ਤੇ ਵਿਦਿਆਰਥੀਆਂ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਜੁੜ ਕੇ ਬੈਠਕ ਹੋਈ ਇਸ ਯੂਨੀਵਰਸਿਟੀ ਕਨੈਕਟ ਵਿੱਚ ਪੰਜਾਬ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਸਟੂਡੈਂਟਸ ਵੈਲਫੇਅਰ ਪ੍ਰੋਫੈਸਰ ਡਾਕਟਰ ਅਨੀਸ਼ ਦੂਆ ਅਤੇ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਹਿੱਸਾ ਲਿਆ ਕਾਨਫਰੰਸ ਮਗਰੋਂ ਦੂਰਦਰਸ਼ਨ ਜਲੰਧਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰਧਾਨਗੀ ਨਾਲ ਭਾਰਤ ਦੇ ਨਾਗਰਿਕਾਂ ਖਾਸ ਤੌਰ ਤੇ ਨੌਜਵਾਨਾਂ ਨੂੰ ਆਰਮੀ ਪੱਧਰ ਤੇ ਵੱਡੇ ਮੌਕੇ ਮਿਲਣਗੇ नेशन ਅੱਜ ਜਸ ਜੰਕਚਰ ਤੇ ਖੜਾ ਹੈ ਪੂਰੀ ਦੁਨੀਆ ਬਹੁਤ ਵੱਖਰੇ ਢੰਗ ਦੇ ਨਾਲ ਸਾਡੇ ਦੇਸ਼ ਨੂੰ ਦੇਖਦੀ ਹੈ ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਇਹ ਡਿਸੀਜਨ ਲ取ਾ ਹੈ ਕਿ ਜੀ 20 ਪ੍ਰੈਸੀਡੈਂਸੀ ਸਿਰਫ ਇੱਕ ਡਿਪਲੋਮੈਟਿਕ ਇਵੈਂਟ ਨਹੀਂ ਹੋਏਗਾ ਇਹ ਇਹ ਪੂਰਾ ਦਾ ਪੂਰਾ ਦੇਸ਼ ਇਸ ਦੇ ਵਿੱਚ ਹਿੱਸੇਦਾਰੀ ਭਾਗੀਦਾਰੀ ਰਵੇ ਪਾਰਟਿਸਿਪੇਟ ਕਰੇ 올 ਪੀਪਲ ਸ਼ੁਡ ਬੀਕਮ ਪਾਰਟ ਆਫ ਦੀ ਜੀ 20 ਨੇਸ਼ਨਸ ਇਅਰ ਲੌਂਗ ਐਕਟੀਵਿਟੀਜ਼ ਔਰ ਕਿਉਂਕਿ ਜੋ ਹਿੰਦੁਸਤਾਨ ਦੇ ਵਿੱਚ ਯੰਗਸਟਰਸ ਦੀ ਜਿਹੜੀ ਇੱਕ ਤਾਦਾਦ ਹੈ ਉਹ ਦੁਨੀਆ ਭਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਐਵਰੇਜ ਏਜ ਇੱਥੇ 29 ਹੈ ਤੇ ਹਿੰਦੁਸਤਾਨ ਦੇ ਵਿੱਚ ਕੁਝ ਵੀ ਅਸੀਂ ਜੇ ਕਰਨਾ ਹੈ ਤੇ ਇਸ ਚੀਜ਼ ਦਾ ਵੀ ਗਵਾਹੀ ਹੈ ਕਿ ਪਹਿਲੀ ਹੀ ਐਕਟੀਵਿਟੀ ਜਿਹੜੀ ਹੁੰਦੀ ਹੈ ਉਹ ਇੰਗੇਜਿੰਗ ਵਿਦ ਦੀ ਯੰਗਸਟਰਸ ਨਾਲ ਹੁੰਦੀ ਹੈ ਯੂਨੀਵਰਸਿਟੀ ਦੇ ਸਟੂਡੈਂਟਸ ਨਾਲ ਹੁੰਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ G20 ਡੇਸ਼ਸ ਦੀਆਂ ਅਜਈਆਂ ਕੁਝ ਗਤੀਵਿਧੀਆਂ ਆਰਗੇਨਾਈਜ਼ ਹੋਣਗੀਆਂ ਅਸੀਂ ਉਸ ਦਾ ਹਿੱਸਾ ਬਣਾਂਗੇ ਸਾਡੇ ਸਟੂਡੈਂਟਸ ਉਸ ਦੇ ਵਿੱਚ ਬਾਕੀ ਸਾਰੇ ਬਾਹਰੋਂ ਆਏ ਮਹਿਮਾਨਾਂ ਦੇ ਨਾਲ ਇੰਟਰੈਕਟ ਕਰਨਗੇ ਤੇ ਮੈਨੂੰ ਲੱਗਦਾ ਇੱਕ ਬੜਾ ਵੱਡਾ ਇੱਕ ਪਰਸਪੈਕਟਿਵ ਬੜੇਗਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਬਟ ਉਹਦੇ ਵਿੱਚ ਇੱਕ ਬਹੁਤ ਬਹੁਤ ਸੋਹਣਾ ਪੁਆਇੰਟ ਚੱਕਿਆ ਗਿਆ ਕਿ ਕਲਚਰਲ ਇੰਟੀਗ੍ਰੇਸ਼ਨ 'ਤੇ ਧਿਆਨ ਦਿੱਤਾ ਜਾਵੇ ਤੇ ਸਟੂਡੈਂਟਸ ਨੂੰ ਕਲਚਰਲ ਐਮਬੈਸਡਰਸ ਮੰਨਿਆ ਜਾਵੇ ਬਹੁਤ ਤਰ੍ਹਾਂ ਦੀ ਐਕਟੀਵਿਟੀਜ਼ ਦੇ ਵਿੱਚ ਬੱਚੇ ਭਾਗੀਦਾਰ ਹੋ ਸਕਦੇ ਨੇ ਹਰ ਇੱਕ ਦੇਸ਼ ਇੱਕ ਦੂਸਰੇ ਦੇ ਵਿਰਸੇ ਨੂੰ ਸਿਆਣਕੇ ਅੱਗੇ ਵਧੇ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਤੇ ਇਸ ਦੇ ਵਿੱਚ ਇਸ ਇਸ ਚ ਮਾਨ ਮਹਿਸੂਸ ਕੀਤਾ ਜਾਵੇ ਮੀਟਿੰਗ ਦਾ ਜਿਹੜਾ ਕਨਸੈਪਟ ਸੀ ਜਿਹੜਾ ਉਹਦਾ ਟਾਈਟਲ ਸੀ ਉਹ ਸੀ ਕਿ ਯੂਨੀਵਰਸਿਟੀ ਕਨੈਕਟ ਇੰਗੇਜਿੰਗ ਯੰਗ ਮਾਈਂਡਸ ਕਿਉਂਕਿ ਪੂਰੀ ਦੁਨੀਆ ਹੀ ਇਸ ਗੱਲ ਦੀ ਗਵਾਹ ਆ ਕਿ ਭਾਰਤ ਦੇ ਵਿੱਚ ਸਭ ਤੋਂ ਜਿਆਦਾ ਜਿਹੜੀ ਆਬਾਦੀ ਆ ਉਹ ਯੰਗਸਟਰਸ ਹੀ ਹੈਗੀ ਆ ਤੇ ਇੱਥੋਂ ਦੇ ਜਿਹੜੇ ਯੰਗਸਟਰਸ ਹੈਗੇ ਆ ਇਹਨਾਂ ਦੀ ਜਿਹੜੀ એનર્ਜੀ ਆ ਉਹਨੂੰ ਕਿਸ ਤਰ੍ਹਾਂ ਚੈਨਲਾਈਜ਼ ਕੀਤਾ ਜਾਵੇ ਇਹ ਇਸ ਮੀਟਿੰਗ ਦੇ ਅਜੰਡਾ ਅਜੰਡਿਆਂ ਦੇ ਵਿੱਚ ਸ਼ਾਮਲ ਸੀ ਕੇਂਦਰੀ ਮੰਤਰੀ ਜੀ ਕਿਸ਼ਨ ਰਾਡੀ ਨੇ ਜੀ20 ਬੈਠਕਾਂ ਸੰਬੰਧੀ ਉੱਤਰ ਪੂਰਬ ਖੇਤਰ ਵਿਕਾਸ ਸੈਰਸਪਾਟਾ ਤੇ ਸੱਭਿਆਚਾਰ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸਿਮਿਕਾ ਮੀਟਿੰਗ ਕੀਤੀ। ਨਵੀਂ ਦਿੱਲੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਸੰਬੰਧਤ ਅਧਿਕਾਰੀਆਂ ਵੱਲੋਂ ਅਗਲੇ ਵਰੇ ਜਨਵਰੀ ਤੋਂ ਉੱਤਰ ਪੂਰਬ ਸੂਬਿਆਂ ਵਿੱਚ ਜੀ20 ਸੰਬੰਧੀ ਸ਼ੁਰੂ ਹੋਣ ਵਾਲੀਆਂ ਸਿਲਸਿਲੇਵਾਰ ਬੈਠਕਾਂ ਦੀਆਂ ਤਿਆਰੀਆਂ ਬਾਰੇ ਕੇਂਦਰੀ ਮੰਤਰੀ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰੀ ਅਤੇ ਸੂਬਾਈ ਪੱਧਰ ਤੇ ਜੀ20 ਬੈਠਕਾਂ ਨੂੰ ਲੈ ਕੇ ਠੋਕਮੇ ਪ੍ਰਬੰਧ ਕੀਤੇ ਗਏ ਨੇ। ਉਨ੍ਹਾਂ ਉਮੀਦ ਜਤਾਈ ਕਿ ਉੱ ਖੇਤ ਦੇ ਕੁਦਰਤੀ ਸੁੰਦਰਤਾ ਨੂੰ ਦੁਨੀਆ ਸਾਹਮਣੇ ਲਿਆਵੇਗਾ ਉੱਤਰ ਪੂਰਬ ਖੇਤਰ ਦੇ ਵੱਖ-ਵੱਖ ਸੂਬਿਆਂ ਵਿੱਚ ਅਗਲੇ ਬਾਰੇ ਜਨਵਰੀ ਮਹੀਨੇ ਤੋਂ ਜੀ20 ਸਮੂਹ ਦੀਆਂ 11 ਮੀਟਿੰਗਾਂ ਕਰਵਾਈਆਂ ਜਾਣਗੀਆਂ ਜਿਨ੍ਹਾਂ ਵਿੱਚ 4 ਮੀਟਿੰਗਾਂ ਗੁਹਾਟੀ ਵਿੱਚ ਹੋਣਗੀਆਂ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਕਿਸੇ ਵੀ ਮੂਲਕ ਨਾਲ ਫੌਜੀ ਮਸ਼ਕਾ ਕਰਨ ਲਈ ਆਜ਼ਾਦ ਹੈ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਵਿਚਾਲੇ ਜੰਗੀ ਮਸ਼ਕਾ ਨੂੰ ਲੈ ਕੇ ਚੀਨ ਵੱਲੋਂ ਦਿੱਤੇ ਬਿਆਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਨ੍ਹਾਂ ਮਸ਼ਕਾਂ ਦਾ 1993 ਅਤੇ 1996 ਦੇ ਸਮਝੌਤਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਾਗਚੀ ਨੇ ਕਿਹਾ ਕਿ ਚੀਨ ਨੂੰ ਇਨ੍ਹਾਂ ਸਮਝੌਤਿਆਂ ਦੀ ਉਲੰਘਣਾ ਸਬੰਧੀ ਦਿੱਤੇ ਗਏ ਬਿਆਨ ਦੀ ਪੜਚੋਲ ਕਰਨੀ ਚਾਹੀਦੀ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਨਾ ਰੋਕਿਆਂ ਜਾਣ ਵਾਲੀਆਂ ਕੁਦਰਤੀ ਆਫਤਾ ਨਾਲ ਹੋਏ ਫਸਲੀ ਨੁਕਸਾਨ ਨੂੰ ਬੀਮਾ ਕਵਰ ਮੁਹੱਈਆ ਕਰਵਾਇਆ ਜਾਵੇਗਾ। ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫਸਲ ਬੀਮਾ ਯੋਜਨਾ ਹੈ ਅਤੇ ਆਉਂਦੇ ਸਾਲਾਂ ਵਿੱਚ ਇਹ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਬਣ ਕੇ ਉਭਰਨ ਦੀ ਸਮਰੱਥਾ ਰੱਖਦੀ ਹੈ। ਇਸ ਯੋਜਨਾ ਨਾਲ ਹਰ ਇੱਕ ਬਾਰੇ 5 ਕਰੋੜ ਤੋਂ ਵੱਧ ਕਿਸਾਨ ਜੁੜਨ ਲਈ ਅਰਜ਼ੀਆਂ ਦਿੰਦੇ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਵਧੇਰੇ ਕਿਸਾਨਾਂ ਨੂੰ ਇਸ ਯੋਜਨਾ ਨਾਲ ਜੋੜਿਆ ਗਿਆ ਹੈ ਪਿਛਲੇ 6 ਸਾਲਾਂ ਵਿੱਚ ਫਸਲ ਬੀਮਾ ਯੋਜਨਾ ਦੇ ਤਹਿਤ ਸਰਕਾਰ ਵੱਲੋਂ 25000 ਕਰੋੜ ਰੁਪਏ ਦੀ ਅਦਾਇਗੀ ਪ੍ਰੀਮੀਅਮ ਵਧੂ ਕੀਤੀ ਗਈ ਹੈ ਜਦ ਕਿ ਅਕਤੂਬਰ ਮਹੀਨੇ ਤੱਕ ਕਿਸਾਨਾਂ ਵੱਲੋਂ ਪੇਸ਼ ਕੀਤੇ ਗਏ ਦਾਅਵਿਆਂ ਤੇ ਤਹਿਤ 125000 ਕਰੋੜ ਰੁਪਏ ਅਦਾ ਕੀਤੇ ਗਏ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਮਹਾਰਾਸ਼ਟਰ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲ ਬੀਮੇ ਨੂੰ ਲੈ ਕੇ ਉਡ ਰਹੀਆਂ ਫਾਂ ਨੂੰ ਖਾਰਜ ਕੀਤਾ ਬੀਤੇ ਨਵੰਬਰ ਮਹੀਨੇ ਵਿੱਚ ਜੀਐਸਟੀ ਮਾਲੀਆ ਦੀ 145000 ਕਰੋੜ ਰੁਪਏ ਤੋਂ ਵੱਧ ਦੀ ਉਗਰਾਹੀ ਕੀਤੀ ਗਈ ਹੈ ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਲਗਾਤਾਰ ਨਵਾਂ ਮਹੀਨਾ ਹੈ ਜਦੋਂ ਜੀਐਸਟੀ ਦੀ ਮਹੀਨਾਵਾਰ ਮਾਲੀਆ ਉਗਰਾਹੀ 140000 ਕਰੋੜ ਰੁਪਏ ਤੋਂ ਵੱਧ ਹੋਈ ਹੈ ਮੰਤralੇ ਮੁਤਾਬਕ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ 131000 ਕਰੋੜ ਰੁਪਏ ਦੀ ਉਗਰਾਹੀ ਹੋਈ ਸੀ ਅਤੇ ਇਸ ਸਾਲ 11% ਦਾ ਵਾਅਦਾ ਦਰਜ ਕੀਤਾ ਗਿਆ ਹੈ। ਮੰਤralੇ ਨੇ ਦੱਸਿਆ ਕਿ ਨਵੰਬਰ ਵਿੱਚ ਕੇਂਦਰੀ ਵਸਤੂ ਤੇ ਸੇਵਾ ਕਰਦੇ ਰੂਪ ਵਿੱਚ ਕੁੱਲ 25681 ਕਰੋੜ ਰੁਪਏ ਅਤੇ ਸੂਬਾਈ ਵਸਤੂ ਅਤੇ ਸੇਵਾ ਕਰਦੇ ਰੂਪ ਵਿੱਚ 32651 ਕਰੋੜ ਰੁਪਏ ਦੀ ਉਗਰਾਹੀ ਹੋਈ ਹੈ। ਇੱਕਿਕ੍ਰਿਤ ਵਸਤੂ ਅਤੇ ਸੇਵਾ ਕਰਦੇ ਰੂਪ ਵਿੱਚ 77000 ਕਰੋੜ ਰੁਪਏ ਤੋਂ ਵੱਧ ਅਤੇ ਉਪਕਰ ਦੇ ਰੂਪ ਵਿੱਚ 10000 ਕਰੋੜ ਰੁਪਏ ਤੋਂ ਵਧੇਰੇ ਉਗराई ਕੀਤੀ ਗਈ ਹੈ ਕੇਂਦਰ ਨੇ ਬੀਤੇ ਮਹੀਨੇ ਵਿੱਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੀਐਸਟੀ ਘਾਟੇ ਦੇ ਰੂਪ ਵਿੱਚ 17000 ਕਰੋੜ ਰੁਪਏ ਜਾਰੀ ਕੀਤੇ ਨੇ ਕੇਂਦਰ ਨੇ ਐਫਐਮ ਰੇਡੀਓ ਚੈਨਲਾਂ ਨੂੰ ਨਸ਼ੀਲੇ ਪਦਾਰਥਾਂ ਹਥਿਆਰਾਂ ਗੈਂਗਸਟਰਾਂ ਅਤੇ ਬੰਦੂਕਾਂ ਦਾ ਪ੍ਰਚਾਰ ਕਰਨ ਵਾਲੇ ਪ੍ਰੋਗਰਾਮਾਂ ਦਾ ਪ੍ਰਸਾਰਣ ਬੰਦ ਕਰਨ ਦਾ مشਵਰਾ ਦਿੱਤਾ ਹੈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਅਜਿਹੇ ਗੀਤ ਜਾਂ ਸਮੱਗਰੀ ਜਿਨ੍ਹਾਂ ਵਿੱਚ ਨਸ਼ੇ ਅਤੇ ਗਨ ਕਲਚਰ ਨਾਲ ਸੰਬੰਧਿਤ ਸੰਗੀਤਕ ਪ੍ਰੋਗਰਾਮ ਦਾ ਪ੍ਰਸਾਰਣ ਆਕਾਸ਼ ਵਾਣੀ ਪ੍ਰੋਗਰਾਮ ਆਚਾਰਾਂ ਦੀ ਉਲੰਘਣਾ ਹੈ ਇਹ ਵੀ ਕਿਹਾ ਗਿਆ ਕਿ ਪ੍ਰਵਾਨਗੀ ਸਮਝੌਤੇ ਵਿੱਚ ਇਹ ਵਿਵਸਥਾ ਹੈ ਕਿ ਮਨਜ਼ੂਰੀ ਪ੍ਰਾਪਤ ਕਰਨ ਵਾਲਿਆਂ ਨੂੰ ਆਕਾਸ਼ਵਾਣੀ ਵੱਲੋਂ ਕੀਤੀ ਜਾ ਰਹੀ ਪਾਲਣਾ ਨੂੰ ਮੰਨਣਾ ਹੋਵੇਗਾ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਤੇ ਮਨਜ਼ੂਰੀ ਸਮਝੌਤੇ ਵਿੱਚ ਦਿੱਤੇ ਗਏ ਨਿਯਮਾਂ ਅਤੇ ਸ਼ਰਤਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਐਡਵਾਈਜ਼ਰੀ ਮੁਤਾਬਕ ਅਜਿਹੀ ਸਮਗਰੀ ਘਾਟ ਉਮਰ ਦੇ ਬੱਚਿਆਂ ਤੇ ਮਾੜਾ ਪ੍ਰਭਾਵ ਪਾਉਂਦੀ ਹੈ ਤੇ ਇਸ ਨਾਲ ਗੈਂਗਸਟਰ ਕਲਚਰ ਨੂੰ ਹੱਲਾਸ਼ੇਰੀ ਮਿਲਦੀ ਹੈ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਜੀ20 ਦੇ ਪ੍ਰਧਾਨਗੀ ਨਾਲ ਦੇਸ਼ ਨੂੰ ਬਹੁਤ ਵੱਡਾ ਮਾਣ ਮਿਲ ਰਿਹਾ ਹੈ ਜਿਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ਬੱਜਦਾ ਹੈ ਉਹ ਕੱਲ ਕਾਦੀਆਂ ਵਿੱਚ ਮੁ슬लिम अहमਦੀਆ ਜਮਾਤ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਲਾਲਪੁਰਾ ਨੇ ਕਿਹਾ ਕਿ ਉਹ ਐਮਦੀਆ ਜਮਾਤ ਵਿੱਚ ਪਾਕਿਸਤਾਨ ਤੋਂ ਵਿਆਹ ਕੇ ਆਉਣ ਵਾਲੀਆਂ ਮਹਿਲਾਵਾਂ ਨੂੰ ਭਾਰਤੀ ਨਾਗਰਿਕਤਾ ਨਾ ਮਿਲਣ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨਗੇ ਉਹਨਾਂ ਲੰਬੇ ਸਮੇਂ ਤੋਂ ਰੁਕੇ ਕਾਦੀਆ ਜਲੰਧਰ ਰੇਲਵੇ ਪ੍ਰੋਜੈਕਟ ਨੂੰ ਸ਼ੁਰੂ ਕਰਵਾਉਣ ਲਈ ਵੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਭਰੋਸਾ ਦਿਵਾਇਆ ਸ਼ਾਡਲਿਸ਼ ਸਭ ਲਈ ਮਾਨ ਦੀ ਗੱਲ ਹੈ ਪਹਿਲੀ ਵਾਰੀਆਂ ਕਿ ਜੀ 20 ਦਾ ਜਿਹੜਾ ਸਰਦਾਰੀ ਆ ਸਿੱਖ ਉਹ ਸਾਨੂੰ ਮਿਲੀ ਹੈ ਤੇ ਅਸੀਂ ਇੱਕ ਲੀਡਰ ਹੋਏ ਆ ਵਰਲਡ ਲੀਡਰ ਬਣੇ ਆ ਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਹੀ ਕ੍ਰੈਡਿਟ ਹੈ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਰਕਰ ਤਰਨ ਚੁਕਨੇ ਨੇ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰੀ ਯੋਜਨਾਵਾਂ ਦੇ ਫੰਡਾਂ ਦਾ ਪੂਰਨ ਉਪਯੋਗ ਕਰਨ ਵਿੱਚ ਅਸਫਲ ਰਹੀ ਹੈ। ਚੰਡੀਗੜ੍ਹ ਤੋਂ جاری ਬਿਆਨ ਵਿੱਚ ਤਰਨ ਚੁਕਨੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਰਕਮ ਲਾਪਾਤੀਆਂ ਤੱਕ ਨਾ ਪਹੁੰਚਾਉਣ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨਰੇਗਾ ਯੋਜਨਾ ਤਹਿਤ ਪੰਜਾਬ ਨੂੰ ਅਲਾਟ ਹੋਏ ਫੰਡਾਂ ਦਾ ਉਪਯੋਗ ਨਾ ਹੋਣਾ ਸਰਕਾਰ ਦੇ ਮਾੜੇ ਪ੍ਰਬੰਧ ਦਾ ਪਤਾ ਲੱਗਦਾ ਹੈ। ਚੁਕਨੇ ਕਿਹਾ ਕਿ ਆਪ ਸਰਕਾਰ ਨੇ ਪਹਿਲੇ 8 ਮਹੀਨਿਆਂ ਵਿੱਚ ਮਨਰੇਗਾ ਦੇ ਤਹਿਤ ਕੇਵਲ 19% ਕੰਮ ਹੀ ਪੂਰਾ ਕੀਤਾ ਹੈ ਇਸ ਤੋਂ ਇਲਾਵਾ ਉਹਨਾਂ ਸਰਕਾਰ ਵੱਲੋਂ ਕੀਤੀ ਜਾ ਰਹੀ ਬੇਲੋੜੀ ਇਸ਼ਤਿਹਾਰਬਾਜ਼ੀ ਦੀ ਵੀ ਨਿੰਦਾ ਕੀਤੀ ਉਹਨਾਂ ਕਹਿੰਦੇ ਕਿ ਪੰਜਾਬ ਸਰਕਾਰ ਵੱਲੋਂ ਦੂਜੇ ਸੂਬਿਆਂ ਵਿੱਚ ਪੰਜਾਬ ਦੇ ਪੈਸੇ ਦਾ ਅਧੂਰੀ ਪਯੋਗ ਰੋਕਣ ਲਈ ਭਾਜਪਾ ਕਾਨੂੰਨੀ ਪਹਿਲੂਆਂ ਤੇ ਵਿਚਾਰ ਕਰ ਰਹੀ ਹੈ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਥਾਣਾ ਚਾਟਾ ਦੇ ਅਧੀਨ ਪੈਂਦੇ ਇਲਾਕੇ ਨਰਾਇਣਗੜ੍ਹ ਵਿੱਚ ਹੋਏ ਮੁਕਾਬਲੇ ਤੋਂ ਬਾਅਦ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਤਰਨਤਾਰਨ ਦੇ ਰੋਬਿੰਨ ਅਤੇ ਰਵੀ ਵੱਜੋਂ ਹੋਈ ਹੈ। ਪੁਲਿਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰਾਂ ਨੂੰ ਫੜਨ ਲਈ ਮੁਹਿੰਮ ਪਲਾਈ ਗਈ ਸੀ ਜਿਸ ਦੌਰਾਨ ਲੁਕੇ ਹੋਏ ਗੈਂਗਸਟਰਾਂ ਨੇ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਫਾਇਰਿੰਗ ਤੋਂ ਬਾਅਦ ਦੋ ਮੁਲਜ਼ਮਾਂ ਨੂੰ ਮੌਕੇ 'ਤੇ ਕਾਬੂ ਕਰ ਲਿਆ। ਪੁਲਿਸ ਮੁਤਾਬਕ ਫੜੇ ਗਏ ਗੈਂ ਵਿਸ਼ਾਪ 8s ਦੇ ਉਸ ਦੇ ਮੌਕੇ ਤੇ ਕੱਲ ਮੁਹਾਲੀ ਵਿੱਚ ਰਾਜਪਦਰੀ ਸਮਾਗਮ ਕਰਵਾਏਗਾ ਸਮਾਨਤਾ ਵਿਸ਼ੇ ਤੇ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਏਡਜ਼ ਪੀੜਤਾ ਨਾਲ ਬਰਾਬਰੀ ਦਾ ਸਲੂਕ ਕਰਨ ਦੀ ਅਪੀਲ ਕੀਤੀ ਅਤੇ ਪੀੜਤਾਂ ਦੀਆਂ ਮਨੋਵਿਗਿਆਨਿਕ ਸਥਿਤੀਆਂ ਨੂੰ ਪਹਿਲ ਦੇਣ ਲਈ ਕਿਹਾ। ਉਹਨਾਂ ਨੇ ਏਡਜ਼ ਦੇ ਫੈਲਾਅ ਨੂੰ ਰੋਕਣ ਲਈ ਜਾਗਰੂਤਾ ਦੀ ਲੋੜ ਤੇ ਜ਼ੋਰ ਦਿੱਤਾ। ਸਿਹਤ ਮੰਤਰੀ ਨੇ ਏਡਜ਼ ਅਤੇ ਇਸ ਦੇ ਇਲਾਜ ਸੰਬੰਧੀ ਜਾਗਰੂਤਾ ਫੈਲਾਉਣ ਲਈ ਅੰਬਿਕਾ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਦੀ ਸਕੂਟਰ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਹਨਾਂ ਨੇ ਸਮਾਗਮ ਵਿੱਚ ਏਡਜ਼ ਨਾਲ ਨਜਿੱਠਣ ਲਈ ਪਾਏ ਗਏ ਯੋਗਦਾਨ ਲਈ ਮੈਡੀਕਲ ਅਫਸਰਾਂ ਸਿਹਤ ਕਰਮਚਾਰੀਆਂ ਤੇ ਕਾਉਂਸਲਰਾਂ ਨੂੰ ਸਨਮਾਨਿਤ ਵੀ ਕੀਤਾ ਖਤਰ ਵਿੱਚ ਖੇਡੇ ਜਾ ਰਹੇ FIFA ਫੁੱਟਬਾਲ ਵਿਸ਼ਵ ਕੱਪ ਦੇ ਕੱਲ ਬੈਲਜੀਅਮ ਨਾਲ ਖੇਡੇਗੇ ਗਰੁੱਪ F ਦੇ ਇੱਕ ਮੁਕਾਬਲੇ ਦੇ ਡਰਾਅ ਦੇ باوجود ਕਰੋਸ਼ੀਆ ਪ੍ਰੀ ਕੁਆਟਰ ਫਾਈਨਲ ਵਿੱਚ ਪਹੁੰਚ ਗਿਆ ਹੈ ਪਿਛਲੇ ਵਿਸ਼ਵ ਕੱਪ ਦੀ ਉਪ ਜੇਤੂ ਕਰੋਸ਼ੀਆ ਨੇ ਦੁਨੀਆ ਦੇ ਦੂਜੇ ਨੰਬਰ ਦੀ ਟੀਮ ਬੈਲਜੀਅਮ ਨੂੰ ਬਾਹਰ ਦਾ ਰਸਤਾ ਦਿਖਾਇਆ ਗਰੁੱਪ ਐਫ ਦੇ ਇੱਕ ਹੋਰ ਮੈਚ ਵਿੱਚ ਕੈਨੇਡਾ ਨੇ 2-1 ਗੋਲਾਂ ਦੇ ਫਰਕ ਨਾਲ ਹਰਾ ਕੇ ਮਰੋਕੋ 36 ਸਾਲ ਬਾਅਦ ਨੌਕਆਊਟ ਗੇੜ ਵਿੱਚ ਪਹੁੰਚਿਆ ਵਿਸ਼ਵ ਕੱਪ ਦੇ ਇੱਕ ਹੋਰ ਮੈਚ ਵਿੱਚ ਸਾਊਦੀ ਅਰਬ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾਉਣ ਦੇ ਬਾਵਜੂਦ ਮੈਕਸੀਕੋ ਨੌਕਆਊਟ ਗੇੜ ਲਈ ਦਾਖਲਾ ਨਹੀਂ ਲੈ ਸਕਿਆ ਅਰਜנטיਨਾ ਵੱਲੋਂ ਬੋਲੈਨ ਨੂੰ 2-0 ਦੇ ਫਰਕ ਨਾਲ ਹਰਾਏ ਜਾਣ ਕਾਰਨ ਨੌਕਆਊਟ ਵਿੱਚ ਪਹੁੰਚਣ ਦਾ ਫੈਸਲਾ ਗੋਲ ਅੰਤਰ ਰਾਹੀਂ ਕੀਤਾ ਗਿਆ ਨੌਕਆਊਟ ਗੇੜ ਲਈ ਹੁਣ ਤੱਕ 12 ਟੀਮਾਂ ਨੇ ਦਾਖਲਾ ਲਿਆ ਹੈ ਨੌਕਆਊਟ ਮੁਕਾਬਲੇ ਪਲਕੇ ਸ਼ੁਰੂ ਹੋਣਗੇ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਗਰੁੱਪ ਐਚ ਦੇ ਪਹਿਲੇ ਮੁਕਾਬਲੇ ਵਿੱਚ ਦੱਖਣ ਕੋਰੀਆ ਤੇ ਪੁਰਤਗਾਲ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ ਜਦਕਿ ਦੂਜੇ ਮੈਚ ਵਿੱਚ ਕਾਨਾ ਅਤੇ ਉਰੂਗਵੇ ਦੀਆਂ ਟੀਮਾਂ ਭੜਨਗੀਆਂ ਤੇ ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੋਇਆ ਇਜਾਜ਼ਤ ਦਿਓ ਨਮਸਕਾਰ